थैंक्स, ਤੁਹਾਡਾ ਸਾਰਿਆਂ ਦਾ ਫਿਰ ਸਵਾਗਤ ਹੈ। ਅੱਜ ਆਪਾਂ ਕਰਾਂਗੇ ਕਿਵੇਂ ਆਪਾਂ ਕਸਟਮ ਪਾਈਪਸ ਕ੍ਰੀਏਟ ਕਰ ਸਕਦੇ ਹਾਂ ਐਸ ਪਰ ਆਰ ਰਿਕੁਆਇਰਮੈਂਟ। ਜਿਵੇਂ ਦੀ ਸਾਨੂੰ ਜ਼ਰੂਰਤ ਹੋਵੇ ਆਪਾਂ ਉਦਾਂ ਦਾ ਕਸਟਮ ਪਾਈਪਲਾਈਨ ਕ੍ਰੀਏਟ ਕਰ ਸਕਦੇ ਹਾਂ। ਚ ਪਾਈਪਲਾਈਨਸ ਕੀ ਹੁੰਦੀਆਂ, ਕਿਹੜੇ ਕਿਹੜੇ ਬਾਈ ਡਿਫਾਲਟ ਹੁੰਦੀਆਂ ਨੇ, ਕਿਵੇਂ ਯੂਜ਼ ਕਰਦੇ, ਤੁਸੀਂ ਮੇਰੀ ਪੁਰਾਣੀ ਵੀਡੀਓਜ਼ ਚੈੱਕ ਕਰ ਸਕਦੇ ਹੋ। ਅਤੇ ਅੱਜ ਆਪਾਂ ਕਰਾਂਗੇ ਕਿਵੇਂ ਆਪਾਂ ਨਵੀਂ ਪਾਈਪਲਾਈਨਸ ਕ੍ਰੀਏਟ ਕਰ ਸਕਦੇ ਹਾਂ, ਕਿਵੇਂ ਕਸਟਮ ਪਾਈਪਲਾਈਨਸ ਆਪਾਂ ਬਣਾ ਸਕਦੇ ਹਾਂ। ਰਾਈਟ, ਉਸ ਦੇ ਲਈ ਆਪਾਂ ਨੂੰ ਆਈ ਹੋਪ ਤੁਹਾਨੂੰ ਯਾਦ ਹੀ ਹੋਣਾ ਕਿਵੇਂ ਕੰਪੋਨੈਂਟਸ ਕ੍ਰੀਏਟ ਕਰਦੇ ਸੀ ਆਪਾਂ, ਸੇਮ ਉਸੇ ਤਰ੍ਹਾਂ ਆਪਾਂ ਨੂੰ ਪਾਈਪਲਾਈਨ ਕ੍ਰੀਏਟ ਕਰਨੀ ਪੈਣੀ। NGGP ਕਰੰਸੀ ਕਨਵਰਟਰ ਨਾਮ ਦਾ ਦੀ ਪਾਈਪ ਚਾਹੀਦੀ ਆਪਾਂ ਨੂੰ ਪਾਈਪ ਕ੍ਰੀਏਟ ਕਰਨ ਲਈ। ਇਹ ਹੈ NG, ਜੀ ਮੀਨਸ ਜਨਰੇਟ ਲਈ, ਪੀ ਪਾਈਪ ਲਈ, ਪੀ ਪਾਈਪ ਸਲੈਸ਼ ਮੈਂ ਫੋਲਡਰ ਕ੍ਰੀਏਟ ਕੀਤਾ ਹੈ ਤਾਂ ਕਿ ਇੱਕ ਹੀ ਫੋਲਡਰ ਦੇ ਵਿੱਚ ਜੇ ਕੋਈ ਹੋਰ ਵੀ ਪਾਈਪ ਮੈਂ ਕ੍ਰੀਏਟ ਕਰਾਂ ਬਾਅਦ 'ਚ ਸੇਮ ਫੋਲਡਰ 'ਚ ਰੱਖ ਸਕਾਂ, ਈਜ਼ੀਲੀ ਫਾਇੰਡ ਕਰ ਸਕਦਾ ਮੈਂ। ਅਤੇ ਕਰੰਸੀ ਕਨਵਰਟਰ ਨਾਮ ਦਾ ਮੈਨੂੰ ਪਾਈਪ ਚਾਹੀਦਾ ਹੈ। ਇਹ ਦੇਖ ਸਕਦੇ ਹੋ ਤੁਸੀਂ, ਇਹਨਾਂ ਨੇ ਪਾਈਪ ਕ੍ਰੀਏਟ ਕਰਤਾ, ਇਹਦੇ 'ਚ ਦੋ ਫਾਈਲਸ ਨੇ। ਇਹ ਵਾਲੀ ਪਾਈਪ ਡੋਟ ਸਪੈਕ ਯੂਜ਼ ਹੁੰਦੀ ਹੈ ਟੈਸਟਿੰਗ ਲਈ, ਜੋ ਕਿ ਆਪਾਂ ਨੂੰ ਚਾਹੀਦੀ ਨਹੀਂ ਹਲੇ। ਇਹ ਕਰੰਸੀ ਕਨਵਰਟਰ ਆਪਣਾ ਯੂਜ਼ ਹੋ ਗਿਆ, ਕ੍ਰੀਏਟ ਹੋ ਗਿਆ। ਰਾਈਟ, ਆਪਾਂ ਇਹਨੂੰ ਕਿਵੇਂ ਵਰਤਾਂਗੇ, ਲਾਈਕ ਇਹ ਸੀਗਾ ਮੇਰੇ ਪਾ, ਇੱਦਾਂ ਹੀ ਮੈਂ ਇੱਕ ਹੋਰ ਕ੍ਰੀਏਟ ਕਰ ਲੂੰਗਾ। सॉफ्टवेयर है मेरे को कन्वर्टर, मैं चेक करूंगा जाके। अरे चलाया नहीं है, पहले रन करना पैना। ਹਾਂਜੀ, 100 ਇੱਥੇ ਇਸਦਾ ਕੁਛ ਵੀ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਆਪਾਂ ਕੋਡ ਦੇ ਵਿੱਚ ਜੋ ਕਸਟਮ ਕ੍ਰੀਏਟ ਕੀਤਾ ਉਸ 'ਚ ਕੁਛ ਲਿਖਿਆ ਹੀ ਹੈ ਨਹੀਂ। ਆਪਾਂ ਕੀ ਲਿਖੂੰਗੇ, ਇਹ ਹੈ ਵੈਲਿਊ ਜੋ ਇਨਪੁੱਟ ਆ ਰਹੀ ਉੱਥੇ ਤੋਂ। ਵੈਲਿਊ ਕੀ ਹੈ, ਇਹ ਅਨਨੋਨ ਟਾਈਪ ਨਹੀਂ ਹੈਗੀ, ਇਹ ਨੰਬਰ ਟਾਈਪ, ਨੰਬਰ ਟਾਈਪ ਆਰਗੂਮੈਂਟਸ ਦਵਾਂਗੇ ਆਪਾਂ, ਉਹ ਵੀ ਨੰਬਰ ਹੀ ਦਵਾਂਗੇ। ਆਪਾਂ ਕਰਦੇ ਹਾਂ ਨੰਬਰ ਹੀ ਪਾਸ, ਨੰਬਰ ਹੀ ਪਾਸ ਕੀਤਾ, ਪਰ ਇਹ ਨੰਬਰ ਸੇਮ ਨਹੀਂ ਸੀ। ਹਾਂਜੀ, ਇਹ ਨੰਬਰ ਟਾਈਪ 'ਤੇ ਹੀ ਇਸ 'ਤੇ ਆਰਗੂਮੈਂਟ ਪਾਸ ਕਰਾਂਗੇ ਆਪਾਂ। ਫਿਲਹਾਲ ਇਹ ਵੈਲਿਊ ਜੋ ਉੱਤੋਂ ਇਨਪੁੱਟ ਆ ਰਹੀ ਨੰਬਰ ਟਾਈਪ ਹੈ, ਅਤੇ ਇਹੀ ਵੈਲਿਊ ਆਪਾਂ ਸਿੰਪਲ ਡਾਇਰੈਕਟਲੀ ਰਿਟਰਨ ਕਰਤੀ। ਰਾਈਟ, ਬਟ ਮੈਂ ਚਾਹੁੰਦਾ ਕਿ ਆਪਾਂ ਇਹਨੂੰ ਕਨਵਰਟ ਕਰੀਏ, ਜਸਟ ਲਾਈਕ ਆਪਾਂ ਚੱਲਦੇ ਹਾਂ ਕਿ ਕੈਨੇਡਾ ਦਾ ਡੋਲਰ 55 ਰੁਪਏ ਦਾ ਹੈ।
एरर आ गया। नहीं ये ऐसा नहीं रिजॉल्व होना, चलो आप इतने कर देने नू आप इन्हों इतने कर देने हैं। रन थ्री वैल्यू के ना स्मॉल नंबर वाला होंगे नंबर गलत ले रही थी चेक कर लिए की शो है एन एन बॉस आप पाऊँ पैरामीटर हूँ पास में कितना पैरामीटर मांग रहा है। हाँ जी वन है आप वन पास करें बट अपन पता है कि करंट कैट दी की वैल्यू है कैट वाई एन आर 59 पॉइंट्स एक कैट दी करंट वैल्यू है अपने थे इन कैलकुलेट कर दें कि ये 69.70 दा एक कैनेडियन डॉलर है जे कोई अपन 100 कैनेडियन डॉलर भेजदा अपने बन जाने नाहट सत्तर बन जाना अपना ही एट 11 भेजता तो बन जाता अपन 9 11 इदा अपन कन्वर्टर बना सकते हैं। तो तुसी कोई भी करंसी कन्वर्ट कर सकते हो हम ये आप यूएसडी यूएसडी 2 INR करिए हाँ इसका रिप्राइस है 77.95 राइट। तो उसे कोई भी करेंसी कन्वर्ट कर सकते